ਇੱਥੇ ਆਪਣਾ ਅੰਦੋਲਨ ਚੱਲ ਰਿਹਾ ਸੋ ਇਹਨੂੰ ਉਤਸ਼ਾਹਤ ਕਰਨ ਲਈ ਫਿਰ ਮੈਂ ਗੱਡੀ 'ਤੇ ਆਇਆ ਪੂਰੀ ਟਰੈਕਟਰ ਰੈਲੀ 'ਚ ਆਪਾਂ ਸਭ ਤੋਂ ਫਾਸਟ ਦੇ ਮੂਹਰੇ ਲਾਵਾਂਗੇ ਜੀ ਗੱਡੀ ਤੁਸੀਂ ਦੇਖ ਸਕਦੇ ਹੋ ਬਹੁਤ ਖੂਬਸੂਰਤ ਆ ਇਹਨੂੰ ਇਹ ਟਰੈਕਟਰ ਰੈਲੀ ਦੇ ਵਿੱਚ ਵੀ ਲਾਣਗੇ ਤੇ ਇਹ ਟਰੈਕਟਰ ਰੈਲੀ ਦੀ ਵੀ ਸ਼ਾਨ ਵਧਾਏਗੀ ਤੇ ਆਓ ਗੱਲਬਾਤ ਕਰਾਉਂਦੇ ਹਾਂ ਤੁਹਾਡੀ ਉਹਨਾਂ ਨਾਲ ਜਿਨ੍ਹਾਂ ਨੇ ਇਸ ਗੱਡੀ ਨੂੰ ਮੋਡੀਫਾਈ ਕੀਤਾ ਆ ਤੇ ਬਹੁਤ ਬਹੁਤ ਸਵਾਗਤ ਗਗਨ ਜੀ ਸਾਡੇ ਨਾਲ ਜੁੜਨ ਵਾਸਤੇ ਹਾਂਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਇਸ ਚੈਨਲ ਨੂੰ ਸੁਣਦੇ ਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿਸ ਚੀਜ਼ ਨੇ ਇੱਥੇ ਆਪਣੀ ਇਸ ਗੱਡੀ ਨੂੰ ਇੱਥੇ ਤੱਕ ਲੈ ਕੇ ਆਉਣ ਵਾਸਤੇ ਮੋਟੀਵੇਟ ਕੀਤਾ ਅਸੀਂ ਜੀ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਟਰੈਕਟਰ ਤੇ ਆਏ ਸੀਗੇ ਹੁਣ ਵਾਪਸ ਪਿੰਡ ਜਾ ਕੇ ਸੀਗਾ ਮੈਂ ਕਿਹਾ ਵੀ ਆਪਣੇ ਕਿਸਾਨ ਵੀਰ ਆ ਸਾਰੇ ਜੋ ਕਿ ਇੱਥੇ ਆਪਣਾ ਅੰਦੋਲਨ ਚੱਲ ਰਿਹਾ ਸੋ ਇਹਨੂੰ ਉਤਸ਼ਾਹਤ ਕਰਨ ਲਈ ਫਿਰ ਮੈਂ ਗੱਡੀ ਤੇ ਆਇਆ ਜੀ ਤੇ ਹੁਣ ਇਹਨੂੰ ਟਰੈਕਟਰ ਰੈਲੀ ਵਿੱਚ ਤੁਸੀਂ ਲਾਣ ਵਾਸਤੇ ਇਹਨੂੰ ਤਿਆਰ ਆ ਪੂਰੀ ਗੱਡੀ ਇਹ ਜਾਏਗੀ ਤੁਹਾਡੀ ਟਰੈਕਟਰ ਰੈਲੀ 'ਚ ਹਾਂਜੀ ਹਾਂਜੀ ਪੂਰੀ ਟਰੈਕਟਰ ਰੈਲੀ 'ਚ ਆਪਾਂ ਸਭ ਤੋਂ ਫਾਸਟ ਦੇ ਮੂਹਰੇ ਲਾਵਾਂਗੇ ਜੀ ਨਾਲ ਲੱਗੂਗੀ ਪਹਿਲਾਂ ਵੀ ਜਿੰਨੀਆਂ ਸਾਡੀਆਂ ਪੰਜਾਬ ਵਿੱਚ ਰੈਲੀਆਂ ਹੋਊਗੀਆਂ ਉੱਥੇ ਜਾਂਦੀ ਰਹੀ ਆ ਸਾਰੇ ਸਾਡੇ ਪੰਜਾਬ ਵਿੱਚ ਮੋਗਾ ਬਰਨਾਲਾ ਸਾਰੇ ਟਰੈਕਟਰ ਰੈਲੀਆਂ ਵਿੱਚ ਮੂਹਰੇ ਲਾਉਂਦੇ ਰਹੇ ਆ ਜੀ ਤੇ ਹੁਣ ਵੀ ਲਾਵਾਂਗੇ ਆਪਣੀ ਗੱਡੀ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਮੋਡੀਫਾਈ ਕੀਤਾ ਔਰ ਕੀ ਤੁਹਾਡਾ ਮਾਈਂਡ ਪ੍ਰੋਸੈਸ ਕੀ ਸੀਗਾ ਹਾਂਜੀ ਸਾਨੂੰ ਕੁਝ ਕੁ ਯਾਨੀ ਕਿ ਪੁਰਾਣਾ 올ਡ ਕਲਚਰ ਨਾਲ ਬਹੁਤ ਪਿਆਰ ਆ ਸਾਡੇ ਕੋਲ 올ਡ ਕਲਚਰ ਦਾ ਕਾਫੀ ਹੋਰ ਵੀ ਸਿਸਟਮ ਕਾਫੀ ਪੁਰਾਣਾ ਗੱਡਾ ਵਗੈਰਾ ਹੈਗਾ ਇਹ ਗੱਡੀ ਹੈਗੀ 1926 ਮਾਡਲ ਜੀ 올ਡ ਵੈਂਟੇਜ ਆ ਇਹਨੂੰ ਅਸੀਂ ਯਾਨੀ ਕਿ ਪਹਿਲਾਂ ਅਸੀਂ ਦਿੱਲੀ ਵੀ ਇੱਥੇ ਦੇਖੀਆਂ ਸੀ ਗੱਡੀਆਂ ਉਹ ਪਰ ਵਧੀਆ ਮਨ ਨੂੰ ਲੱਗੀ ਨਹੀਂ ਸੀ ਕਿ ਚਲੋ ਖੁਦ ਆਪ ਮੋਡੀਫਾਈ ਕਰਾਉਣੀ ਆ ਵੀ ਖੁਦ ਬਣਾਉਣੀ ਆ ਵਧੀਆ ਬਣਾਵਾਂਗੇ ਤੇ ਸਾਡਾ ਪੁਰਾਣਾ ਸ਼ੌਂਕ ਸੀ ਕੁਝ ਬਾਪੂ ਜੀ ਨੂੰ ਵੀ ਸ਼ੌਂਕ ਸੀਗਾ ਤਾਂ ਫਿਰ ਅਸੀਂ ਖੁਦ ਇੱਥੇ 8 ਮਹੀਨਿਆਂ ਵਿੱਚ ਇਹ ਚਾਸੀ ਦੀ ਇੰਪੋਰਟ ਕਰਾਈ ਇੰਜਨ ਇਹਦਾ ਸੀਗਾ ਐਂਡੀਗਾ ਮਾਇਡਾ ਦਾ ਉਹ ਅਸੀਂ ਆਪ ਇੱਥੋਂ ਮੋਗਿਓ 8 ਮਹੀਨਿਆਂ ਵਿੱਚ ਤਿਆਰ ਕਰਵਾਈਏ ਜੀ ਅੱਛਾ ਤੁਸੀਂ ਕਿਹਾ ਬਾਪੂ ਜੀ ਨੂੰ ਸ਼ੌਂਕ ਸੀਗਾ ਤਾਂ ਤੁਸੀਂ ਬੇਸਿਕਲੀ ਕੀਤਾ ਆ ਤੇ ਤੁਹਾਡੇ ਬਾਪੂ ਜੀ ਨੇ ਚਲਾਈ ਹੈ ਗੱਡੀ ਹਾਂਜੀ 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 ਬਾਪੂ ਜੀ ਨੇ ਨਾਲ ਰਲ ਕੇ ਉਹਨਾਂ ਨੂੰ ਬੜਾ ਸ਼ੌਂਕ ਸੀ ਉਹ ਬੜਾ ਕਹਿੰਦੇ ਸੀ ਵੀ ਬਣਾਉਣੀ ਐਦਾਂ ਪੁਰਾਣੀ ਮੈਂ ਕਿਹਾ ਫਿਰ ਚਲੋ ਜ਼ਰੂਰ ਬਣਾਉਣੇ ਆ ਜੀ ਤਾਂ ਉਹਨਾਂ ਦਾ ਸ਼ੌਂਕ ਵੀ ਪੂਰਾ ਹੋ ਗਿਆ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਗਿਆ ਜੀ ਤੇ ਹੁਣ ਜਿਹੜੀ 26 ਤਰੀਕ ਦੀ ਟਰੈਕਟਰ ਰੈਲੀ ਹੈਗੀ ਆ ਇਹਦੇ ਬਾਰੇ ਜਿਹੜੀ ਹੁਣ ਪੁਲਿਸ ਹੈਗੀ ਉਹ ਵੀ ਗੱਲਬਾਤ ਕਰ ਰਹੀ ਆ ਤੇ ਪ੍ਰਸ਼ਾਸਨ ਵੀ ਗੱਲਬਾਤ ਕਰ ਰਿਹਾ ਆ ਅਗਰ ਉੱਥੋਂ ਤੁਹਾਨੂੰ ਹਾਮੀ ਨਹੀਂ ਮਿਲਦੀ ਫਿਰ ਤੁਹਾਡਾ ਕੀ ਰਹੇਗਾ ਨਹੀਂ ਜੋ ਕਿਸਾਨ ਜਥੇਬੰਦੀਆਂ ਸਾਡੀਆਂ ਐਲਾਨ ਕਰਨਗੀਆਂ ਜੀ ਅਸੀਂ ਉਹਨਾਂ ਨਾਲ ਅਸੀਂ ਉਹਨਾਂ ਤੋਂ ਪਾਸੇ ਜਮਾਂ ਹੀ ਨਹੀਂ ਜਾਵਾਂਗੇ ਜੋ ਸਾਡੀ ਕਿਸਾਨ ਰੈਲੀ ਜਥੇਬੰਦੀਆਂ ਦਾ ਹੁਕਮ ਹੋਊਗਾ ਅਸੀਂ ਉਹਨਾਂ ਦੇ ਹੁਕਮ ਦੀ ਪਾਲਣਾ ਕਰਕੇ ਉਹਨਾਂ ਦੇ ਨਾਲ ਹੋਵਾਂਗੇ ਜੀ ਤੁਸੀਂ ਇੱਕ ਯੂਥ ਹੋ ਹਨਾ ਯੰਗ ਜਨਰੇਸ਼ਨ ਹੋ ਤੁਸੀਂ ਵੀ ਉਹਦਾ ਇੱਕ ਪਾਰਟ ਹੋ ਹਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਹੋ ਇਹਦਾ ਕਿ ਯੰਗ ਜਨਰੇਸ਼ਨ ਅੱਗੇ ਆਵੇ ਵਧੇ ਤੇ ਆ ਕੇ ਇਹਦੇ ਵਿੱਚ ਹਿੱਸਾ ਲਵੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੀ ਜਿਹੜੇ ਆਪਣੇ ਆਹ 3 ਆਰਡੀਨੈਂਸ ਬਿੱਲ ਆ ਇਹ ਆਪਣੀ ਸਰਕਾਰ ਨੇ ਚਲੋ ਪਤਾ ਨਹੀਂ ਕਿੱਦਾਂ ਦੀ ਥਿੰਕਿੰਗ ਆ ਹਨਾ ਇਹਨਾਂ ਨੇ ਜੋ ਪਾਸ ਕੀਤੇ ਆ ਸੋ ਅਸੀਂ ਇਹਨਾਂ ਨੂੰ ਇਦਾਂ ਦੇ ਉਤਸ਼ਾਹਤ ਕਰਨ ਵਾਸਤੇ ਵੀ ਚਲੋ ਜੋ ਹੋਰ ਵੀ ਸਾਡੇ ਕਿਸਾਨ ਮਜ਼ਦੂਰ ਮੁੰਡੇ ਹੋਰ ਵੀ ਨੌਜਵਾਨ ਪੀੜ੍ਹੀ ਆ ਉਹ ਸਾਰੇ ਇੱਥੇ ਆਉਣ ਉਤਸ਼ਾਹਤ ਹੁੰਦਾ ਵੀ ਗੱਡੀ ਦੇਖ ਕੇ ਚੀਜ਼ਾਂ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਆਈਆਂ ਇੱਕ ਨਹੀਂ ਨਵੇਂ ਨਵੇਂ ਟਰੈਕਟਰ ਮੋਡੀਫਾਈ ਕਰਕੇ ਬਥੇਰਾ ਕੁਛ ਵੀ ਲੋਕਾਂ ਦਾ ਉਤਸ਼ਾਹਤ ਹੁੰਦਾ ਨਾਲੇ ਵੀ ਇਕੱਠ ਦਾ ਹੋਰ ਰੁਝੇਵਾਂ ਵੱਧਦਾ ਤੇ ਨਾਲੇ ਇਹਦੇ ਨਾਲ ਸਾਨੂੰ ਮੋਦੀ ਨੂੰ ਪਤਾ ਲੱਗੂਗਾ ਵੀ ਜੱਟ ਇੰਨੇ ਢਿੱਲੇ ਨਹੀਂਗੇ ਵੀ ਇਹੋ ਜਿਹੀ ਨਹੀਂ ਗੱਲ ਵੀ ਜੇ ਤੂੰ ਬੈਠਾ ਉੱਥੇ ਬਿੱਲ ਪਾਸ ਕਰਤੇ ਤਾਂ ਅਸੀਂ ਆਪਦੇ ਇਹਨਾਂ ਨੂੰ ਪਾਰ ਵੀ ਕਰਨਾ ਚਾਹੁੰਦੇ ਆ ਵੀ ਸਾਨੂੰ ਇਹ ਕੈਨਸਲ ਕਰਨੇ ਚਾਹੀਦੇ ਸਾਨੂੰ ਇਹ ਮਨਜ਼ੂਰ ਨਹੀਂ ਜੋ ਤੁਸੀਂ ਕੀਤੀ ਹੈ ਜੀ ਇਹ ਸੀਗੇ ਕੁਝ ਕਿਸਾਨ ਜਿਹੜੇ ਕਹਿ ਰਹੇ ਨੇ ਕਿ ਮੋਦੀ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਇਹ ਖੇਤੀ ਕਾਨੂੰਨ ਵਾਪਸ ਕਰਕੇ ਜਾਣਗੇ ਇਹ ਆਪਣੇ ਆਪ ਦੇ ਵਿੱਚ ਕੰਪਲੀਟ ਆ ਇਹ ਆਪਣੇ ਆਪ ਦੇ ਵਿੱਚ ਸੰਪੂਰਨ ਆ ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ ਦੇਸ਼ ਪ੍ਰਦੇਸ਼ ਟੀਵੀ ਸਿੰਘੂ ਬਾਰਡਰ ਦਿੱਲੀ